ਸੁਜਾਨਪੁਰ ਦੀ ਪੁਲਿਸ ਨੂੰ ਵੀ ਪਿੰਡ ਗੁਸਾਈਪੁਰ ਵਿੱਚ ਜਿਹੜੇ ਨਜਾਇਜ਼ ਪਟਾਕੇ ਬਿਨਾਂ ਲਾਇਸੈਂਸ ਤੇ ਆਬਾਦੀ ਦੇ ਵਿੱਚ ਰੱਖੇ ਹੋਏ ਸੋ ਇਸ ਦੇ ਆਧਾਰ ਤੇ ਪੁਲਿਸ ਨੇ ਰੇਡ ਕੀਤਾ ਉੱਥੇ ਔਰ ਉਸ ਤੋਂ ਦੋ ਬੰਦੇ ਗ੍ਰਿਫਤਾਰ ਕੀਤੇ ਇੱਕ ਵਿਨੋਦ ਔਰ ਇੱਕ ਅਸ਼ੀਸ਼ ਤੇ ਤੀਜਾ ਜਿਹੜਾ ਉਸ ਬਿਲਡਿੰਗ ਦਾ ਮਾਲਕ ਸੀ ਬੰਟੀ ਉਹ ਉੱਥੇ ਨਹੀਂ ਮਿਲਿਆ ਉਹਨੂੰ ਵੀ ਅਰੈਸਟ ਕਰਨ ਦੇ ਯਤਨ ਕੀਤੇ ਜਾ ਰਹੇ ਉਸ ਬਿਲਡਿੰਗ 'ਚੋਂ ਕਰੀਬ 3.5-4 ਲੱਖ ਦੇ ਉੱਥੋਂ ਪਟਾਕੇ ਮਿਲੇ ਜੋ ਕਿ ਉਹਨਾਂ ਕੋਲ ਕੋਈ ਵੀ ਲਾਇਸੈਂਸ ਨਹੀਂ ਸੀ ਜਦੋਂ ਕਿ ਇਸ ਨੂੰ ਰੱਖਣ ਲਈ ਜਾਂ ਸਟੋਰ ਕਰਨ ਲਈ ਪ੍ਰਸ਼ਾਸਨ ਵੱਲੋਂ ਲਾਇਸੈਂਸ ਜਾਰੀ ਕੀਤੇ ਜਾਂਦੇ ਬਟ ਇਹਨਾਂ ਕੋਲ ਕੋਈ ਨਹੀਂ ਸੀ ਸੋ ਰੀਸੈਂਟਲੀ ਜਾਂ ਪਿਛਲੇ ਸਾਲਾਂ 'ਚ ਵੀ ਦੇਖਿਆ ਬਟਾਲੇ ਵੀ ਇਸ ਤਰ੍ਹਾਂ ਘਟਨਾ ਹੋਈ ਸੀ ਕਿ ਜਿਹੜੀ ਹੈ ਇਲੀਗਲ ਫੈਕਟਰੀ ਜਿਹੜੀ ਪਟਾਕਿਆਂ ਦੀ ਉੱਥੇ ਬਲਾਸਟ ਹੋਇਆ ਸੀ ਕਾਫੀ ਇੱਥੇ ਜਾਨਾਂ ਗਈਆਂ ਸੀ ਸੋ ਇਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸਾਡੀਆਂ ਕੁਝ ਟੀਮਾਂ ਬਣੀਆਂ ਹੋਈਆਂ ਹਰ ਪੁਲਿਸ ਸਟੇਸ਼ਨ 'ਚੋਂ ਅਤੇ ਆਪਾਂ ਇਸ ਤਰ੍ਹਾਂ ਦੇ ਰੇਡ ਕਰ ਰਹੇ ਹਾਂ ਔਰ ਇਨਫੋਰਮੇਸ਼ਨ ਗੈਦਰ ਕਰ ਰਹੇ ਹਾਂ ਅਤੇ ਇੱਦਾਂ ਦਾ ਪਟਾਕੇ ਤਾਂ ਨਹੀਂ ਉਸ ਘੜੀ ਦੌਰਾਨ ਹੀ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਅਤੇ ਇਸ ਤਰ੍ਹਾਂ ਆਪਾਂ ਗ੍ਰਿਫਤਾਰੀ ਕੀਤੀ ਔਰ ਪਟਾਕੇ ਜ਼ਬਤ ਕੀਤੇ ਸਰ ਕੀ ਮਾਮਲਾ ਦਰਜ ਕੀਤਾ ਇਹਨਾਂ ਦੇ ਖਿਲਾਫ਼ ਐਕਸਪਲੋਜ਼ਿਵ ਸਬਸਟਾਂਸਿਸ ਐਕਟ ਦੀ ਧਾਰਾ 9B ਦੇ ਤਹਿਤ ਪਰਚਾ ਦਰਜ ਕੀਤਾ